साबका मेंबर पार्लियामेंट प्रोफेसर प्रेम सिंह चंदूमाजरा ने साबका खजाना मंत्री अरुण जेटली की मौत से डूंगे दुख का इजहार किया। उन्होंने कहा कि जेटली साहब के जान का घाटा सिर्फ उन्होंने परिवार को नहीं है बल्कि पार्टी को पूरे राष्ट्र को भी है। उन्होंने कहा कि अरुण जेटली भारतीय राजनीति में एक चमकदार सितारा सन। फिर जो भी देश में कोई संकट आता सी तो जेटली साहब की राय जरूर ली जाती सी। ਡਾਕਟਰ ਸੁਮਨਾ ਮੁਨੀ ਸਵਾਮੀ ਜੀ ਦਾ ਬਿਆਨ ਜਿਹੜਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਆ ਉਹ ਬੜਾ ਮਦਭਾਗਾ, ਉਹਨਾਂ ਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਨਹੀਂ ਸੀ ਚਾਹੀਦਾ। ਪਰ ਮੈਂ ਸਮਝਦਾ ਇਹ ਬਿਆਨ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੋਚ ਆ ਵਿਚਾਰਧਾਰਾ ਉਹਦੇ ਵਿਰੁੱਧ ਰਾਸ਼ਟਰੀ ਹਿੱਤ ਦੇ ਵੀ ਅਨੁਕੂਲ ਨਹੀਂ ਹੈ। ਵੈਸੇ ਵੀ ਸੁਬਰਮਣੀ ਸਵਾਮੀ ਜੀ ਦਾ ਜਿਹੜਾ ਪਿਛੋਕੜ ਰਿਹਾ ਉਹਦੇ ਉਸ ਵਿਚਾਰ ਤੋਂ ਵੀ ਉਲਟਾ। ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨਾਲ ਆਪਣਾ ਰੋਸ ਵੀ ਜ਼ਾਹਰ ਕਰਾਂਗੇ, ਉਹਨਾਂ ਨੂੰ ਇਹ ਬਿਆਨ ਵਾਪਸ ਲੈਣ ਦੀ ਵੀ ਬੇਨਤੀ ਕਰਾਂਗੇ। ਪਰ ਮੈਨੂੰ ਪੂਰਾ ਯਕੀਨ ਆ ਵੀ ਉਹ ਇਹ ਬੱਚਾ ਜਿਹੜਾ ਬਿਆਨ ਆ ਵਾਪਸ ਲੈਣਗੇ। ਅਰੁਣ ਜੇਤਲੀ ਜੀ ਦਾ ਜਾਣ ਦਾ ਬਹੁਤ ਵੱਡਾ ਘਾਟਾ ਪਿਆ, ਕੇਵਲ ਪਰਿਵਾਰ ਜਾਂ ਪਾਰਟੀ ਬੀਜੇਪੀ ਨੂੰ ਨਹੀਂ ਬਲਕਿ NDA ਦੇ ਹੀ ਕੋਈ ਧੁਰਾ ਸੀ। NDA ਦੇ ਵਿੱਚ ਜਦੋਂ ਵੀ ਕਿਤੇ ਜਾਂ ਬੀਜੇਪੀ ਜਦੋਂ ਵੀ ਕਿਤੇ ਜਾਂ ਦੇਸ਼ ਦੇ ਵਿੱਚ ਜਦੋਂ ਵੀ ਕਿਤੇ ਕੋਈ ਦੁਰਤਾ ਆਈ, ਕੋਈ ਸੰਕਟ ਆਇਆ ਤਾਂ ਜੇਤਲੀ ਸਾਹਿਬ ਦੀ ਰਾਏ ਜ਼ਰੂਰ ਲਈ ਜਾਂਦੀ ਰਹੀ। ਜੇਤਲੀ ਸਾਹਿਬ ਦੀ ਰਾਏ ਨੂੰ ਮਾਨਤਾ ਵੀ ਦਿੱਤੀ ਜਾਂਦੀ ਰਹੀ ਔਰ ਪਾਰਲੀਮੈਂਟ ਦੇ ਵਿੱਚ ਜਿਵੇਂ ਡਿਟਰਮੀਨੇਸ਼ਨ ਨਾਲ ਕਲੈਰਿਟੀ ਨਾਲ ਉਹ ਬੋਲਦੇ ਸੀ ਔਰ ਇੱਕ ਲੌਜੀਕਲੀ ਆਪਣੀ ਗੱਲ ਕਹਿੰਦੇ ਸੀ, ਵਿਪਕਸ਼ ਨੂੰ ਵੀ ਚੁੱਪ ਹੋਣ ਲਈ ਮਜਬੂਰ ਹੋਣਾ ਪੈਂਦਾ ਸੀ। ਸੋ ਇਸ ਲਈ ਐਸੇ ਨੇਤਾ ਦਾ ਚਲੇ ਜਾਣਾ ਜਿਹੜਾ ਭਾਰਤ ਦੀ ਰਾਜਨੀਤੀ 'ਚ ਇੱਕ ਚਮਕਦਾ ਦਮਕਦਾ ਸਿਤਾਰਾ ਸੀ, ਕੇਵਲ ਪਰਿਵਾਰ ਜਾਂ ਪਾਰਟੀ ਲਈ ਨਹੀਂ ਬਲਕਿ ਸਾਰੇ ਰਾਸ਼ਟਰ ਲਈ ਇੱਕ ਘਾਟਾ ਹੈ।